ਆਈਜੀ ਸਾਹਿਬ ਪਤਾ ਨਹੀਂ ਕਿਹੜੇ ਪਾਸੇ ਕਿਹੜੀ ਧਿਰ ਵਾਸਤੇ ਨੰਬਰ ਬਣਾਉਣਾ ਚਾਹੁੰਦੇ ਸੀ ਜਾਂ ਕਿਹੜੀ ਧਿਰ ਨੂੰ ਖੁਸ਼ ਕਰਨਾ ਚਾਹੁੰਦੇ ਸੀ, ਕਿਉਂਕਿ ਰਾਜਨੀਤੀ ਦੇ ਵਿੱਚ ਉਹ ਵੀ ਪੈਰ ਧਰਾਵਾ ਕਰਦੇ ਆ, ਉਹਨਾਂ ਦੀ ਸਾਂਝ ਕਿਹਦੇ ਨਾਲ, ਮੈਂ ਉਹ ਵੀ ਪ੍ਰਗਟਾਵਾ ਕਰਦਾ। ਤੇ ਹੋਇਆ ਕਿ ਜਿਸ ਦਿਨ ਆਈ ਜੀ ਖੱਟੜਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਿਲ ਕੇ ਜਾਂਦੇ ਆ, ਤੇ ਉਸ ਤੋਂ ਅਗਲੇ ਦਿਨ ਹੀ ਉਹਨਾਂ ਨੂੰ ਨੋਟਿਸ ਜਾਰੀ ਹੋ ਜਾਂਦਾ ਹੈ ਕਿ ਆਓ ਵੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਹੈ ਉਹ ਤੁਹਾਨੂੰ ਯਾਦ ਕਰਦੀ ਹੈ, ਤੁਹਾਡੇ ਤੋਂ ਪੁੱਛਗਿੱਛ ਕਰਨੀ। ਹੁਣ ਉੱਥੇ ਆਈ ਜੀ ਸਾਹਿਬ ਨੂੰ ਕੀ ਦਬਕਾ ਵੱਜਾ ਜਾਂ ਕਿਸ ਤਰ੍ਹਾਂ ਦਾ ਪ੍ਰੈਸ਼ਰ ਬਣਾਇਆ ਗਿਆ ਜਾਂ ਕਿਸ ਤਰ੍ਹਾਂ ਦਾ ਉਹਨਾਂ ਦੇ ਸਾਹਮਣੇ ਸਵਾਲ ਖੜਾ ਕੀਤਾ ਗਿਆ ਆ ਕਿ ਆਈ ਜੀ ਖੱਟੜਾ ਸਾਹਿਬ ਦੇ ਪੁਰਾਣੇ ਬਿਆਨਾਂ 'ਚ, ਪੁਰਾਣੇ ਲਹਿਜੇ 'ਚ ਬਿਲਕੁਲ ਹੀ ਤਬਦੀਲੀ, ਅਤੇ ਜਿਹੜੀ ਰਾਤੀ ਨਿਊਜ਼ 18 'ਤੇ ਉਹਨਾਂ ਦੀ ਇੰਟਰਵਿਊ ਹੋਈ ਹੈ ਉਹਦੇ ਵਿੱਚ ਉਹ ਜਿਹੜੀ ਹੈ, ਜਿਹੜੀ ਪੱਟੀ ਉਹਨਾਂ ਨੂੰ ਪੜ੍ਹਾਈ ਗਈ ਜਾਂ ਜਿਹੜੀ ਲਾਈਨ ਉਹਨਾਂ ਨੂੰ ਦਿੱਤੀ ਗਈ ਉਹ ਸਪਸ਼ਟ ਨਜ਼ਰ ਆਉਂਦੀ ਸੀ। ਅਤੇ ਹੁਣ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਸਰਦਾਰ ਰਣਬੀਰ ਸਿੰਘ ਖੱਟੜਾ ਇੱਕ ਅੰਮ੍ਰਿਤਧਾਰੀ ਪੁਲਿਸ ਆਫਿਸਰ ਰਿਟਾਇਰਡ ਹੋਏ ਨੇ ਅਤੇ ਅੱਜ ਵੀ ਅੰਮ੍ਰਿਤਧਾਰੀ ਨੇ। ਮੈਨੂੰ ਨਹੀਂ ਪਤਾ ਉਹਨਾਂ ਨੇ ਕਦੋਂ ਅੰਮ੍ਰਿਤ ਛਕਿਆ ਆ, ਪਰ ਜਦੋਂ ਸਾਡੇ ਵਰਗਿਆਂ ਨੂੰ, ਮੇਰੇ ਸਾਥੀਆਂ ਨੂੰ ਪੰਜਾਬ ਪੁਲਿਸ ਡੀ ਜੀ ਪੀ ਕੇ ਪੀ ਐੱਸ ਗਿੱਲ ਅਤੇ ਉਹਦੇ ਸਿੱਪਾ ਸਲਾਰ ਅਤੇ ਬੇਅੰਤਾ ਬੁੱਚੜ ਮਾਰਨ ਵਾਸਤੇ ਲੱਗੇ ਹੋਏ ਸੀ ਅਤੇ ਰਣਬੀਰ ਸਿੰਘ ਜੀ ਖੱਟੜਾ ਬੇਅੰਤੇ ਬੁੱਚੜ ਦੇ ਖਾਸਮ ਖਾਸ ਸੀਗੇ, ਔਰ ਨਾਲ ਹੀ ਇਹ ਵੀ ਔਨ ਰਿਕਾਰਡ ਹੈ ਤੱਥ ਨੇ ਕਿ ਰਣਬੀਰ ਸਿੰਘ ਖੱਟੜਾ ਡੀ ਜੀ ਪੀ ਕੇ ਪੀ ਐੱਸ ਗਿੱਲ ਦੀਆਂ ਅੱਖਾਂ ਦੇ ਤਾਰੇ ਸੀ। ਹੁਣ ਜਿਹੜੇ ਡੀ ਜੀ ਪੀ ਕੇ ਪੀ ਐੱਸ ਗਿੱਲ ਦੀਆਂ ਅੱਖਾਂ ਦੇ ਤਾਰੇ ਸੀ, ਜਿਨ੍ਹਾਂ 'ਚ ਅਜੀਤ ਸੰਧੂ ਵਰਗੇ, ਚਟੋਪਾਧਿਆਏ ਵਰਗੇ, ਹਾਂਜੀ ਜਸਵਿੰਦਰ ਜੱਸੀ ਵਰਗੇ, ਜਿਹੜੇ ਹੋਰ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਦਾ ਕੰਮ ਹੀ ਇਹ ਸੀਗਾ ਕਿ ਰਾਤ ਨੂੰ ਦੋ ਚਾਰ ਸਿੱਖ ਨੌਜਵਾਨ ਮਾਰ ਕੇ ਅਤੇ ਰਿਪੋਰਟ ਕਰਨੀ ਹੈ ਕਿ ਹੁਕਮ ਦੀ ਪੂਰਤੀ ਹੋ ਗਈ ਹੈ, ਅਤੇ ਰਣਬੀਰ ਸਿੰਘ ਖੱਟੜਾ ਵੀ ਉਸ ਸਮੇਂ ਜਿਹੜਾ ਬੇਅੰਤੇ ਬੁੱਚੜ ਦੀ ਸਰਕਾਰ ਦਾ ਏਜੰਡਾ ਸੀ ਅਤੇ ਡੀ ਜੀ ਪੀ ਕੇ ਪੀ ਐੱਸ ਗਿੱਲ ਉਸ ਨੀਤੀ 'ਤੇ ਆਇਆ ਸੀ ਕਿ ਕਿਸੇ ਨੂੰ ਛੱਡਣਾ ਨਹੀਂ, ਅਤੇ ਉਹਦੇ ਹੁਕਮ ਦੀ ਪੂਰਤੀ ਜਿਹੜੀ ਹੈ ਜਿੱਥੇ ਬਾਕੀ ਹੋਰ ਪੁਲਿਸ ਆਫਿਸਰ ਕਰ ਰਹੇ ਸੀ ਅਤੇ ਉਹਨਾਂ ਦੇ ਵਿੱਚ ਜਿਹੜੇ ਮੁੱਖ ਸੀਗੇ ਉਹਨਾਂ 'ਚੋਂ ਰਣਬੀਰ ਸਿੰਘ ਖੱਟੜਾ ਵੀ ਇੱਕ ਸੀ। ਅਤੇ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਜਿਨ੍ਹਾਂ ਨੇ ਉਹ ਇਤਿਹਾਸ ਪੜ੍ਹਿਆ ਜਾਂ ਤੁਹਾਡਾ, ਤਾਂ ਮੇਰਾ ਖਿਆਲ ਹੈ ਕਿ ਤੁਸੀਂ ਸਾਰੀਆਂ ਫੌਜਾਂ ਬਾਅਦ ਵਾਲੀਆਂ ਹੀ ਜੇ,
1992 ਤੋਂ ਲੈ ਕੇ 95 ਤੱਕ, ਜੇ ਆਪਾਂ ਉਸ ਤੋਂ ਪਹਿਲਾਂ ਵੀ ਕਹਿ ਲਈਏ, ਜਿਹੜੀ ਮਾਝਾ ਬੈਲਟ ਸੀਗੀ ਇਹ ਮੇਨ ਸੀਗੀ ਖਾੜਕੂਵਾਦ ਦੇ ਗੜ੍ਹ ਦੀ। ਔਰ ਚਾਹੇ ਪੰਜਾਬ ਸਾਰਾ ਹੀ ਉਸ ਸਮੇਂ ਜਿਹੜਾ ਆ ਉਹ ਸੰਘਰਸ਼ ਕਰ ਰਿਹਾ ਸੀਗਾ, ਪਰ ਮਾਝੇ ਦੀ ਧਰਤੀ ਦੇ ਉੱਤੇ ਚਾਹੇ ਉਹ ਪੁਲਿਸ ਡਿਸਟ੍ਰਿਕਟ ਗੁਰਦਾਸਪੁਰ ਸੀ, ਚਾਹੇ ਪੁਲਿਸ ਡਿਸਟ੍ਰਿਕਟ ਬਟਾਲਾ ਸੀ, ਚਾਹੇ ਮਜੀਠਾ ਕਹਿੰਦੇ ਸੀ ਉਦੋਂ, ਹੁਣ ਅੰਮ੍ਰਿਤਸਰ ਰੂਰਲ ਕਹਿੰਦੇ ਹੈ, ਅੰਮ੍ਰਿਤਸਰ ਸੀ, ਤਰਨ ਤਾਰਨ ਸੀ, ਇਹ ਗੜ੍ਹ ਸੀਗੇ। ਅਤੇ ਬਟਾਲਾ, ਮਜੀਠਾ ਅਤੇ ਤਰਨ ਤਾਰਨ ਚੁਣ ਕੇ SSP ਲਾਏ ਜਾਂਦੇ ਸੀ ਕਿ ਜਿਹੜਾ ਕਾਣ ਕਰਨ ਦੇ ਵਿੱਚ ਕੋਈ ਲਿਹਾਜ਼ ਨਾ ਰੱਖੇ। ਅਤੇ ਸਰਦਾਰ ਰਣਵੀਰ ਸਿੰਘ ਜੀ ਖਟੜਾ ਬਟਾਲੇ ਵੀ ਰਹੇ, ਜਿਹਨੂੰ ਹੁਣ ਅੰਮ੍ਰਿਤਸਰ ਰੂਰਲ ਕਹਿੰਦੇ ਨੇ, ਮਜੀਠੇ 'ਚ ਵੀ SSP ਰਹੇ ਔਰ ਤਰਨ ਤਾਰਨ ਵੀ SSP ਰਹੇ। ਜਦੋਂ ਜਦੋਂ ਇਹ SSP ਸੀ ਇਹਨਾਂ ਜ਼ਿਲ੍ਹਿਆਂ 'ਚ, ਤੁਸੀਂ ਉਹਨਾਂ ਸਮਿਆਂ ਦਾ ਰਿਕਾਰਡ ਕੱਢ ਕੇ ਦੇਖ ਲਵੋ ਕਿ ਉਦੋਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਰੋਜ਼ਾਨਾ ਕਿੰਨੇ ਝੂਠੇ ਪੁਲਿਸ ਮੁਕਾਬਲੇ ਹੁੰਦੇ ਸੀ, ਝੂਠੇ ਪੁਲਿਸ ਮੁਕਾਬਲੇ। ਔਰ ਸਰਦਾਰ ਰਣਵੀਰ ਸਿੰਘ ਖੱਟੜੇ ਦੇ ਤਸ਼ੱਦਦ ਦੀਆਂ ਕਹਾਣੀਆਂ, ਕਿਉਂਕਿ ਮੈਂ ਵੀ ਜੇਲ੍ਹ 'ਚ ਸੀਗਾ, ਅਤੇ ਜੇਲ੍ਹ ਦੇ ਵਿੱਚ ਆਣ ਕੇ ਜਿਹੜੇ ਲੋਕ ਉਸ ਤਸ਼ੱਦਦ ਦੇ ਦੌਰ 'ਚੋਂ ਨੌਜਵਾਨ ਲੰਘੇ ਹੁੰਦੇ ਸੀ ਅਤੇ ਆਪਦੀਆਂ ਕਹਾਣੀਆਂ ਸੁਣਾਉਂਦੇ ਹੁੰਦੇ ਸੀ, ਆਪਦੇ ਪਰਿਵਾਰਾਂ ਦੀਆਂ ਕਹਾਣੀਆਂ ਸੁਣਾਉਂਦੇ ਸੀ, ਇੰਟੈਰੋਗੇਸ਼ਨ ਸੈਂਟਰਾਂ ਦੀਆਂ ਕਹਾਣੀਆਂ ਸੁਣਾਉਂਦੇ ਸੀ, ਅਤੇ ਜਿੱਥੇ ਬਾਕੀ ਜਿਹੜੇ ਬੁੱਚੜ ਪੁਲਿਸ ਆਫਿਸਰ ਸੀਗੇ, ਚਾਹੇ ਕੋਈ ਇੰਸਪੈਕਟਰ ਸੀ, ਚਾਹੇ ਕੋਈ DSP ਸੀ, ਚਾਹੇ ਕੋਈ SP ਸੀ, ਅਤੇ ਉੱਥੇ SSP ਰਣਵੀਰ ਸਿੰਘ ਖੱਟੜੇ ਦੀਆਂ ਉਹ ਤਸ਼ੱਦਦ ਦੀਆਂ ਕਹਾਣੀਆਂ ਜਿਹੜੀਆਂ ਸਿੱਖ ਨੌਜਵਾਨਾਂ ਦੇ ਉੱਤੇ ਜਿਸ ਰੂਪ 'ਚ ਉਹ ਕਰਦਾ ਸੀਗਾ, ਉਹ ਵੀ ਜਿਹੜਾ ਅੰਮ੍ਰਿਤਸਰ ਦੇ ਵਿੱਚ ਮੈਂ ਵੀ ਸੁਣਦਾ ਰਿਹਾ, ਅੰਮ੍ਰਿਤਸਰ ਜੇਲ੍ਹ ਦੇ ਵਿੱਚ ਅਤੇ ਉਸ ਤੋਂ ਬਾਅਦ ਵੀ। ਔਰ ਇਹੀ ਨਹੀਂ, ਸਿੱਖ ਨੌਜਵਾਨਾਂ 'ਤੇ ਸਾਡੀਆਂ ਸਿੱਖ ਧੀਆਂ ਭੈਣਾਂ ਬੀਬੀਆਂ ਦੇ ਉੱਤੇ ਵੀ ਜਿਹੜੇ ਤਸ਼ੱਦਦ ਦਾ ਦੌਰ ਚੱਲਦਾ ਰਿਹਾ ਅਤੇ ਜਿਹੜੇ ਤਸ਼ੱਦਦ ਕਰਨ ਵਾਲੇ ਸੀ, ਰਣਵੀਰ ਸਿੰਘ ਖੱਟੜਾ ਵੀ ਉਹਨਾਂ 'ਚੋਂ ਇੱਕ ਸੀ। ਅਤੇ ਮੈਂ ਹੁਣ ਖੱਟੜਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਖੱਟੜਾ ਸਾਹਿਬ, ਤੁਸੀਂ ਬੜੇ ਭੋਲੇ ਜੇ ਬਣਦੇ ਜੇ, ਬੜੇ ਅੰਮ੍ਰਿਤਧਾਰੀ ਹੋਣ ਦਾ ਵੀ ਦਾਅਵਾ ਕਰਦੇ ਜੇ, ਮੈਂ ਅੰਮ੍ਰਿਤ ਦੇ ਉੱਤੇ ਜਾਂ ਅੰਮ੍ਰਿਤਧਾਰੀ ਹੋਣ ਦੇ ਉੱਤੇ ਇਤਰਾਜ਼ ਨਹੀਂ ਕਰਦਾ, ਮੈਂ ਸ਼ੁਕਰ ਕਰਦਾ ਕਿ ਤੁਹਾਡੀਆਂ ਰਗਾਂ ਦੇ ਵਿੱਚ ਦੀ, ਤੁਹਾਡੇ ਨੇਤਰਾਂ ਦੇ ਵਿੱਚ ਦੀ, ਤੁਹਾਡੇ ਕੇਸਾਂ ਦੇ ਵਿੱਚ ਦੀ ਉਹ ਅੰਮ੍ਰਿਤ ਦੇ ਜਿਹੜੇ ਛਿੱਟੇ ਨੇ, ਉਹ ਅੰਮ੍ਰਿਤ ਦੇ ਜਿਹੜੇ ਚੁਲੇ ਨੇ, ਉਹ ਲੰਘੇ ਨੇ। ਪਰ ਤੁਹਾਨੂੰ ਮਾੜਾ ਮੋਟਾ ਵੀ ਮਹਿਸੂਸ ਨਾ ਹੋਇਆ, ਤੁਹਾਨੂੰ ਥੋੜ੍ਹਾ ਬਹੁਤਾ ਵੀ ਦੁੱਖ ਨਾ ਹੋਇਆ ਕਿ ਤੁਸੀਂ ਇੱਕ ਸਿੱਖ ਹੋ ਕੇ, ਅੰਮ੍ਰਿਤਧਾਰੀ ਹੋ ਕੇ, ਅੰਮ੍ਰਿਤਧਾਰੀ ਨੌਜਵਾਨਾਂ ਦੀਆਂ
ਕਛਹਿਰੇ ਤੇ ਕਿਰਪਾਨਾਂ ਲੁਹਾ ਲੁਹਾ ਕੇ, ਧੀਆਂ ਭੈਣਾਂ ਦੀਆਂ ਕਿਰਪਾਨਾਂ ਤੇ ਕਛਹਿਰੇ ਲਵਾ ਲਵਾ ਕੇ ਤੁਸੀਂ ਨੰਗਿਆਂ ਕਰ ਕਰਕੇ ਕੁੱਟਦੇ ਰਹੇ, ਤਸ਼ੱਦਦ ਕਰਦੇ ਰਹੇ, ਤੇ ਫਿਰ ਉਹਨਾਂ ਦੀ ਇੱਕ 'ਚ ਨਹੀਂ ਤੁਸੀਂ ਪਿੱਠ 'ਚ ਗੋਲੀ ਮਾਰਦੇ ਰਹੇ, ਤੁਸੀਂ ਪਿੱਠ 'ਚ ਗੋਲੀ ਮਰਵਾਉਂਦੇ ਰਹੇ। ਮੈਂ ਤਾਂ ਉਸ ਦੌਰ 'ਚੋਂ ਲੰਘਿਆ, ਮੈਨੂੰ ਤਾਂ ਪਤਾ ਆ। ਖਟੜਾ ਸਾਹਿਬ, ਤੁਹਾਡੇ ਵਰਗੇ ਹੋਰ ਵੀ ਕਈ ਹੈਗੇ ਆ, ਅਸੀਂ ਉਸ ਦੌਰ 'ਚ ਨਹੀਂ ਜਾਣਾ ਚਾਹੁੰਦੇ, ਨਹੀਂ ਸੀ ਪੋਤੜੇ ਫਰੋਲਣਾ ਚਾਹੁੰਦੇ, ਪਰ ਜਿਹੜਾ ਕਿਰਦਾਰ ਤੁਸੀਂ ਨਿਭਾ ਰਹੇ ਜਿਹੜਾ ਦੋਹਰਾ ਚੌਹਰਾ ਪੰਜੌਰਾ ਪਤਨੀ ਕਿਹੜਾ ਕਿਹੜਾ, ਇਹ ਨਾ ਨਿਭਾਓ। ਤੁਹਾਡੀ ਸਾਂਝ ਕਾਂਗਰਸ ਪਾਰਟੀ ਨਾਲ ਹੈ, ਤੁਸੀਂ ਕਾਂਗਰਸ ਦੇ ਖਾਸਮ ਖਾਸ ਜੇ, ਤੁਸੀਂ ਬੇਅੰਤ ਸਿੰਘ ਬੁੱਚੜ ਦੇ ਵੀ ਖਾਸਮ ਖਾਸ ਸੀਗੇ, ਅਤੇ ਤੁਸੀਂ ਪਿਛਲੀ ਕਾਂਗਰਸ ਸਰਕਾਰ 'ਚ ਸੁਖਜਿੰਦਰ ਸੁੱਖੀ ਰੰਧਾਵੇ ਦੇ ਵੀ ਖਾਸਮ ਖਾਸ ਸੀ, ਜਿਹੜਾ ਉਪ ਮੁੱਖ ਮੰਤਰੀ ਵੀ ਰਿਹਾ ਅਤੇ ਜਿਹਦੇ ਕੋਲ ਗ੍ਰਹਿ ਵਿਭਾਗ ਵੀ ਰਿਹਾ, ਉਹਦੇ ਤੁਸੀਂ ਖਾਸਮ ਖਾਸ ਸੀਗੇ, ਅਤੇ ਅੱਜ ਵੀ ਤੁਹਾਡੀਆਂ ਤਾਰਾਂ ਜਿਹੜੀਆਂ ਨੇ ਉਹ ਕਾਂਗਰਸ ਨਾਲ ਜੁੜੀਆਂ ਹੋਈਆਂ ਨੇ। ਠੀਕ ਹੈ ਕਿ ਤੁਹਾਡਾ ਬੇਟਾ ਕੁਛ ਸਮੇਂ ਲਈ ਅਕਾਲੀ ਦਲ 'ਚ ਆਇਆ, ਕਿਉਂਕਿ ਮਜਬੂਰੀ ਸੀ ਉਹਦੀ ਕਿ ਪਟਿਆਲੇ 'ਚੋਂ ਕਾਂਗਰਸ ਨੂੰ ਟਿਕਟ ਨਹੀਂ ਸੀ ਦਿੰਦੀ, ਅਤੇ ਅਕਾਲੀ ਦਲ ਤੋਂ ਟਿਕਟ ਉਹਨੂੰ 2017 ਦੀ ਪਟਿਆਲਾ ਦਿਹਾਤੀ ਤੋਂ ਮਿਲੀ, ਅਤੇ ਉਹ ਇਲੈਕਸ਼ਨ ਲੜਿਆ ਅਕਾਲੀ ਦਲ ਵੱਲੋਂ। ਔਰ ਤੁਹਾਡਾ ਬੇਟਾ 2021 ਦੇ ਵਿੱਚ ਆਣ ਕੇ ਚੋਣਾਂ ਤੋਂ 2022 ਦੀਆਂ ਤੋਂ ਕੁਛ ਸਮਾਂ ਪਹਿਲਾਂ ਅਸਤੀਫਾ ਦੇ ਦਿੰਦਾ ਅਕਾਲੀ ਦਲ ਤੋਂ, ਤਾਂ ਸਾਰਿਆਂ ਨੂੰ ਸੀ ਇਹਨੇ ਅਸਤੀਫਾ ਕਿਉਂ ਦਿੱਤਾ। ਅਤੇ ਉਹ ਕੁਛ ਦਿਨਾਂ ਦੇ ਬਾਅਦ ਹੀ ਸਾਰਾ ਕੁਛ ਕਲੀਅਰ ਹੋ ਗਿਆ ਕਿ ਤੁਹਾਡੇ ਬੇਟੇ ਨੂੰ ਕਾਂਗਰਸ ਸਰਕਾਰ ਨੇ, ਸੁੱਖੀ ਰੰਧਾਵੇ ਨੇ ਰੋਲ ਅਦਾ ਕਰਕੇ ਸ਼ੂਗਰ ਫੈੱਡ ਦਾ ਚੇਅਰਮੈਨ ਨਿਯੁਕਤ ਕਰਤਾ 29 ਦਸੰਬਰ 2021 ਨੂੰ। ਔਰ ਆ ਮੇਰੇ ਕੋਲ ਉਹ ਖਬਰਾਂ ਨੇ, ਆ ਤੁਸੀਂ ਸਾਰਾ ਕੁਛ ਦੇਖ ਸਕਦੇ ਜੇ, ਜਿਹ 'ਚ ਲਿਖਿਆ ਹੈ ਕਿ ਪੰਜਾਬ ਗੌਰਮੈਂਟ ਕਾਂਗਰਸ ਗੌਰਮੈਂਟ ਅਪੁਆਇੰਟਡ ਐਸ ਏ ਡੀ ਲੀਡਰ ਐਜ ਚੇਅਰਮੈਨ, ਅਤੇ ਹੈ ਕੌਣ ਹੈ, ਇਹ ਹੈ ਨੇ ਸਤਬੀਰ ਸਿੰਘ ਖਟੜਾ, ਸਨ ਆਫ ਸਰਦਾਰ ਰਣਬੀਰ ਸਿੰਘ ਖਟੜਾ, ਰੈਜੀਡੈਂਸ ਸਰਾਭਾ ਨਗਰ ਭਾਦਸੋਂ ਰੋਡ ਪਟਿਆਲਾ, ਐਜ ਚੇਅਰਮੈਨ ਆਫ ਸ਼ੂਗਰ ਫੈੱਡ। ਇਹ ਜਿਹੜੇ ਆਰਡਰ ਆ 29 ਦਸੰਬਰ 2021 ਦੇ, ਇੰਡੋਰਸਮੈਂਟ ਨੰਬਰ ਹੈਗਾ 57-88-90-C1-2-94-25। ਇਹਦੇ ਤਹਿਤ ਉਹਦੇ ਜਿਹੜੇ ਆ ਆਰਡਰ ਹੁੰਦੇ ਆ। ਅਤੇ ਅੱਗੇ ਕੀ ਕਹਿੰਦਾ ਏ, ਉਸੇ ਦਿਨ ਹੀ ਖਬਰ ਦੈਨਿਕ ਭਾਸਕਰ 'ਚ ਲੱਗਦੀ ਹੈ ਜਿਹੜੀ 29 ਦਸੰਬਰ ਦੀ, ਬੇਅਦਬੀ ਮਾਮਲੇ ਮੇਂ ਬਣੀ ਸਿੱਟ ਕੇ ਇੰਚਾਰਜ ਰਹੇ ਪੂਰਵ DIG ਰਣਬੀਰ ਸਿੰਘ ਖੱਟੜਾ ਕੇ ਬੇਟੇ ਹੈ ਸਤਬੀਰ ਸਿੰਘ ਖੱਟੜਾ,
ਬੇਅਦਬੀ ਮਾਮਲੇ ਮੇਂ ਬਣੀ ਸਿੱਟ ਕੇ ਇੰਚਾਰਜ ਰਹੇ ਪੂਰਵ DIG ਰਣਬੀਰ ਸਿੰਘ ਖੱਟੜਾ ਕੇ ਬੇਟੇ ਔਰ ਪੂਰਵ ਅਕਾਲੀ ਨੇਤਾ ਐਡਵੋਕੇਟ ਸਤਵੀਰ ਸਿੰਘ ਖੱਟੜਾ ਕੋ ਪੰਜਾਬ ਸਰਕਾਰ ਨੇ ਸ਼ੂਗਰਫੈੱਡ ਕਾ ਨਇਆ ਚੇਅਰਮੈਨ ਨਿਯੁਕਤ ਕੀਆ ਹੈ। ਐਡਵੋਕੇਟ ਖੱਟੜਾ ਪਟਿਆਲਾ ਦਿਹਾਤੀ ਵਿਧਾਨ ਸਭਾ ਸੇ ਅਕਾਲੀ ਦਲ ਕੇ ਟਿਕਟ ਪਰ ਚੁਣਾਵ ਲੜ ਚੁੱਕੇ ਹੈ। ਅਤੇ ਅਗਲੇ ਬੰਨੇ ਜਦੋਂ ਦੈਨਿਕ ਭਾਸਕਰ ਵਾਲੇ ਪੁੱਛਦੇ ਹੈ, ਦਰੁਪ ਸਾਹਿਬ ਤੁਸੀਂ ਪੁੱਛਿਆ ਸੀ? ਹੈਂ? ਆਪਨੇ ਨਹੀਂ ਪੁੱਛਿਆ, ਕਿਸੇ ਹੋਰ ਨੇ ਪੁੱਛਿਆ ਹੋਊਗਾ, ਪਰ ਦੈਨਿਕ ਭਾਸਕਰ ਵਾਲਾ ਤਾਂ ਅਤੇ ਦੈਨਿਕ